ਇੱਕ ਪੂਰਾ ਸੈਂਕੜਾ ਜੀਵਨ ਦੇ 100 ਸਾਲ ਜਲਿਆਂ ਵਾਲੇ ਬਾਗ ਤੋਂ ਕੋਈ 2.5 ਮਹੀਨਿਆਂ ਬਾਅਦ ਜਨਮ ਲਏ ਜਸਵੰਤ ਸਿੰਘ ਕੰਵਲ ਨੇ ਦੇਖਿਆ। ਉਹ ਸਾਡੇ ਕੋਲ ਪਿਛਲੇ ਗੁਜ਼ਰੇ 100 ਸਾਲਾਂ ਦੇ ਪੰਜਾਬ ਦੇ ਉਤਰਾਅ ਚੜ੍ਹਾਵਾਂ ਦੀ, ਇਹਦੇ ਬਟਵਾਰੇ ਦੀ, ਇਹਦੀ ਕਿਸੇ ਆਜ਼ਾਦੀ ਤੋਂ ਬਾਅਦ ਨਵੀਂ ਸਿਰਜਣਾਤਮਕ ਊਰਜਾ ਦੀ, ਇਸ ਦੇ ਲੋਕਾਂ ਦੀ ਮੁਕਤੀ ਦੇ ਲਈ ਚੱਲੇ ਸੰਘਰਸ਼ਾਂ ਦੀ, ਉਹਦੇ ਲਈ ਉਸ ਰੌਂ ਦੇ ਵਿੱਚ ਇੱਕ ਲੋਕਾਂ ਦੀ ਵਿਦਰੋਹੀ ਚੇਤਨਾ ਅਤੇ ਉਹਨਾਂ ਦੀ ਲੋਕ ਧਾਰਾਈ ਰਸਨਾ ਅਤੇ ਪੰਜਾਬ ਦੇ ਇਤਿਹਾਸ ਦੀਆਂ ਸਾਂਝੀਆਂ ਰੌਸ਼ਨ ਰਵਾਇਤਾਂ ਨੂੰ ਆਧਾਰ ਬਣਾ ਕੇ ਯਾਦਗਾਰ ਨਾਵਲ ਅਤੇ ਕਹਾਣੀਆਂ ਅਤੇ ਗਲਪ ਲਿਖਣ ਵਾਲੇ ਜਸਵੰਤ ਸਿੰਘ ਕੰਵਲ ਸਾਨੂੰ ਸੱਦਾ ਦਿੰਦੇ ਨੇ ਕਿ ਅਸੀਂ ਪੰਜਾਬ ਦੇ ਬਾਰੇ ਸੋਚਣਾ ਸ਼ੁਰੂ ਕਰੀਏ। ਜਿਸ ਕਿਸਮ ਦੇ ਸੰਕਟਾਂ ਦੇ ਵਿੱਚ, ਜਿਸ ਕਿਸਮ ਦੀਆਂ ਸੰਭਾਵਨਾਵਾਂ ਦੇ ਨਾਲ, ਜਿਸ ਕਿਸਮ ਦੀਆਂ ਨਵੀਆਂ ਚੁਣੌਤੀਆਂ ਦੇ ਨਾਲ ਪੰਜਾਬ ਦੇ ਸਾਡੇ ਇਸ ਦੌਰ ਨੂੰ ਸਿੱਝਣਾ ਪੈ ਰਿਹਾ, ਕੋਸ਼ਿਸ਼ ਕਰੀਏ ਕਿ ਆਪਾਂ ਇਕੱਠੇ ਹੋਈਏ ਕੰਵਲ ਸਾਹਿਬ ਦੀ ਇਸ ਜਸ਼ਨ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਜਸ਼ਨ ਦੇ ਵਿੱਚ ਇਕੱਠੇ ਹੋਈਏ, ਆਪਣੀ ਗੱਲ ਰੱਖੀਏ ਅਤੇ 5 ਦਿਨਾਂ ਦੇ ਜੋੜ ਮੇਲਾ ਜਿਹੜਾ ਅਸੀਂ ਢੁੱਡੀਕੇ ਦੇ ਵਿੱਚ ਲਾਉਣ ਜਾ ਰਹੇ ਹਾਂ, ਅਸੀਂ ਉਸ ਦਾ ਨਾਮ ਕੰਵਲ ਸਾਹਿਬ ਦੀ ਅਮਰ ਰਚਨਾ, ਜਿਸ ਦੇ ਵਿੱਚ ਕਿ ਪੰਜਾਬ ਦੇ ਪਿੰਡ ਦਾ ਇੱਕ ਪੂਰਾ ਭਰਵਾਂ ਦ੍ਰਿਸ਼ ਸਾਂਭਿਆ ਪਿਆ ਕਿ ਅਸੀਂ ਕਿਵੇਂ ਜਿਉਂਦੇ ਸਾਂ, ਅਸੀਂ ਉਸ ਦੇ ਨਾਂ ਦੇ ਉੱਤੇ ਇਸ ਜੋੜ ਮੇਲੇ ਦਾ ਨਾਮ ਰੱਖਿਆ, ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਢੁੱਡੀਕੇ। ਅਤੇ ਇਹ 26 ਜੂਨ ਸ਼ਾਮ 5:30 ਵਜੇ ਤੋਂ ਲੈ ਕੇ 30 ਜੂਨ ਤੱਕ ਦੁਪਹਿਰ 4 ਵਜੇ ਤੱਕ ਚੱਲੇਗਾ। ਬਹੁਤ ਬਹੁਤ ਮਿਹਰਬਾਨੀ, ਸਾਡਾ ਸੱਦਾ ਪ੍ਰਵਾਨ ਕਰਨਾ ਜੀ, ਧੰਨਵਾਦ।